साढ़े अच्छ खास स्टूडियो मौजूद हैं अभिषेक बख्शी जो कि समाज सेवक हिंदू नेता के तौर पर समाज सेवा के बड़े बड़े अच्छे तरीके काम कर रहे हैं जनता में चला के आम जनता को संदेश की दे रहे हैं और जिन्हें भी गैर कानूनी काम होंगे या जो जो साढ़े ध्यान आए हैं उन्होंने सारे उपर आप कार्रवाई करवाई ठीक है ना कोई भी जिथे जिथे सू पता लगता कि इतने कोई गलत काम हो रहा है इलीगल काम उसे हो रहा है असं उ पहल के आधार से अभी पहुंची है तो बकायदा उन्होंने तो जो कानूनी कार्रवाई बढ़ती होगी वो करवाई कल कोई दस पे नहीं पहला तुमने कभी विजिट किया कि इतने काम हो रहा है किसी ने पता लगा सर चलो कोई सूत्र इदा के तो कई बार आप भी आप देखते हैं कि उत्थे सामने नाका लगा हों ठीक है तो जो मैं जो पता लगा अभी ऑन द स्पॉट ना ही अं उ पहुँच गए किसी प्रशासन है किसी प्रकार की मैम ने कौन होंगे हो ये काम की मतलब जी असं पब्लिक हाँ असी कि ये चीज़ गलत हो रही थी कि मतलब प्रशासन सानू दबाने की कोशिश उसे करूंगा जी ठीक है ना जी उ सामने फिर नाका उ लगा हुआ मतलब गल उ आ गई अभिषेक बख्शी की अगर उ गड्डी शराब पी रहे थे लोग तो प्रशासन की कोई ढिल सी जिदे करके उन्होंने प्रशासन का डर खत्म हो चुका बिल्कुल भाजी बिल्कुल उस सामने नाका लगा हुआ मीनस के जो मेरी जो समझ के आ रहा है कि नाका ला के पुलिस उन्होंने शेल्टर उन्होंने कर रही है ठीक है ना कि आप इतना नाका लगा हुआ कि तुसी कोई नहीं शरेआम तुसी शराबा बेचो शराबा पियो इतने रोड के उपर कोई चक्कर नहीं है ठीक है ना ये पुलिस की आप कह सकते हैं कि बहुत वड्डी इनलैकी है तो सर कल दो जने तो हुए है वो एफ आई आर की कॉपी पता होते जाने मान तो होंगे स्पोर्ट हो गई बिल्कुल वो तो चलो अवेलेबल अवेलेबल ऑफेंस है बल्कि थोड़े इस अच्छी जो पहल दे नाल की लगता कि होर भी जड़े गलत काम हो रहे ना वो होने बंद हो जाने हुण बिल्कुल असी जिथे तक असी एफर्ट्स कर सकांगे मैं पिछे नहीं हटूंगा जी ठीक है प्रशासन दा किवें साथ मांगदे कि प्रशासन नु की करना चाहिदा तुहाडे नाल जुड़ के समाज सेवा दे नाल जुड़ के होर प्रशासन तो असी यही मांग करदे हां कि जिथे गलत काम होंदे सानू आउण दी लोड़ ही ना पवे कि प्रशासन ਦਾ ਲੋਕਾਂ ਨੂੰ ਜਿਆਦਾ ਡਰ ਹੋਵੇ ਕਿ ਗਲਤ ਕੰਮ ਕਰਨ ਤੋਂ ਪਹਿਲਾਂ ਉਹਨੂੰ ਵੀ 100 ਵਾਰੀ ਸੋਚਣ ਯਾਰ ਇਹ ਕੋਈ ਮੋੜ ਦੇ ਸੀ ਗੱਲ ਕਰ ਰਿਹਾ ਕਿ ਪੀਪੀਆ ਮੋੜ ਵਿੱਚ ਜੋ ਕੱਲ ਵੇਖਣ ਨੂੰ ਜਾਂ ਬੀਤੀ ਰਾਤ ਦੇਖਣ ਨੂੰ ਮਿਲਿਆ ਕਿ ਅਭਿਸ਼ੇਕ ਬਖਸ਼ੀ ਦੀ ਖਲਬਲੀ ਸੀ ਇੱਕ ਮੱਚ ਗਈ ਸੀ ਕਾਰਾਂ ਵਾਲਿਆਂ ਕੋਲ ਰੈਸਟੋਰੈਂਟ ਵਾਲਿਆਂ ਕੋਲ ਪੱਤਰਕਾਰ ਵੀ ਨਾਲ ਸੀ ਪੁਲਿਸ ਪ੍ਰਸ਼ਾਸਨ ਵੀ ਨਾਲ ਤੁਸੀਂ ਕੀ ਵੇਖਿਆ ਤੇ ਬਾਅਦ ਚੋਂ ਰਿਜ਼ਲਟ ਕੀ ਆਇਆ ਉਹਦਾ ਜੀ ਉੱਥੇ ਨਾ ਸ਼ਰੇਆਮ ਲੋਕੀ ਗੱਡੀਆਂ ਦੇ ਵਿੱਚ ਬਹਿ ਕੇ ਸ਼ਰਾਬਾਂ ਪੀ ਰਹੇ ਸੀ ਰੋਡ ਦੇ ਉੱਪਰ ਮਨਾਹੀ ਹੈ ਵੈਸੇ ਸਰਕਾਰ ਵੱਲੋਂ ਗੱਡੀਆਂ 'ਚ ਪੀ ਨਹੀਂ ਸਕਦੇ ਸਰੇ ਬਿਲਕੁਲ ਪਬਲਿਕ ਪਲੇਸ ਉੱਤੇ ਕੋਈ ਵੀ ਨਹੀਂ ਪੀ ਸਕਦਾ ਠੀਕ ਹੈ ਕੀ ਤੁਹਾਨੂੰ ਲੱਗਦਾ ਕਿ ਇਹ ਪਰਮਿਸ਼ਨ ਦਿੱਤੀ ਹੋਵੇ ਕਿਸੇ ਬੰਦੇ ਨੇ ਆਪਾਂ ਰੋਡ ਦੇ ਉੱਤੋਂ ਆਪਣੀਆਂ ਸਾਰੀਆਂ ਧੀਆਂ ਭੈਣਾਂ ਆਪਣੀਆਂ ਆਉਂਦੀਆਂ ਜਾਂਦੀਆਂ ਹੋਰ ਲੋਕੀ ਆਉਂਦੇ ਜਾਂਦੇ ਆ ਉੱਥੇ ਸ਼ਰਾਬਾਂ ਪੀ ਕੇ ਮੁੜ ਕੇ ਹੁੱਲੜਬਾਜ਼ੀ ਉੱਥੇ ਕਰਦੇ ਆ ਠੀਕ ਹੈ ਨਾ ਕਈ ਵਾਰੀ ਉੱਥੇ ਆਪਾਂ ਦੇਖਣ ਦੇ ਆਪਣੇ ਆਪਾਂ ਨੂੰ ਸਾਹਮਣੇ ਆਉਂਦੀਆਂ ਜਿਹੜੀਆਂ ਚੀਜ਼ਾਂ ਕਿ ਸ਼ਰਾਬਾਂ ਪੀ ਕੇ ਬਾਅਦ ਪੁਲਿਸ ਦੇ ਨਾਲ ਹੀ ਕਈ ਵਾਰੀ ਹੱਥੋਂ ਪਾਈ ਹੋਏ ਬਿਲਕੁਲ ਠੀਕ ਹੈ ਨਾ ਉੱਥੇ ਕਈ ਵਾਰੀ ਉੱਥੇ ਹੁੱਲੜਬਾਜ਼ੀ ਹੁੰਦੀ ਉਹਦਾ ਰਸ਼ ਇੰਨਾ ਕੁ ਪੈਂਦਾ ਕਈ ਵਾਰੀ ਗੱਡੀਆਂ ਐਕਸੀਡੈਂਟ ਦੇ ਕਾਰਨ ਇਹ ਚੀਜ਼ਾਂ ਬੰਦੇ ਜਦੋਂ ਬੰਦਾ ਨਸ਼ੇ ਦੀ ਹਾਲਤ ਵਿੱਚ ਹੁੰਦਾ ਉਹਨੂੰ ਪਤਾ ਨਹੀਂ ਉਹਨੂੰ ਹੁੰਦਾ ਕੀ ਕਰ ਜਾਂਦਾ ਠੀਕ ਹੈ ਨਾ ਸੋ ਇਸ ਚੀਜ਼ ਨੂੰ ਨਾਥੇ ਨੂੰ ਪਾਉਣ ਵਾਸਤੇ ਅਸੀਂ ਉੱਥੇ ਗਏ ਸੀਗੇ ਅਤੇ ਅੱਗੇ ਵੀ ਅਸੀਂ ਜਾਂਦੇ ਰਹਾਂਗੇ ਕਿ ਜਿਹੜੀਆਂ ਇੱਦਾਂ ਦੀਆਂ ਗਲਤ ਕੰਮ ਜਿਹੜੇ ਉੱਥੇ ਹੋ ਰਹੇ ਆ ਜਿਹੜੇ ਲੋਕਾਂ ਨੂੰ ਇਹਨਾਂ ਦੇ ਕੋਲ ਕੋਈ ਪਰਮਿਸ਼ਨ ਥੋੜ੍ਹੀ ਹੈ ਜੀ 25 ਸਾਲ ਤੋਂ ਥੱਲੇ ਉਮਰ ਵਾਲੇ ਬੰਦਾ ਤੁਹਾਨੂੰ ਮੈਂ ਦੱਸ ਰਿਹਾ ਕਿ ਠੇਕੇ ਤੋਂ ਸ਼ਰਾਬ ਵੀ ਨਹੀਂ ਜਾ ਕੇ ਲੈ ਸਕਦਾ ਜੀ 25 ਸਾਲ ਤੋਂ ਥੱਲੇ ਉਮਰ ਵਾਲੇ ਹਾਂਜੀ ਸ਼ਰਾਬ ਬਿਲਕੁਲ ਐਜ਼ ਪਰ ਲਾਅ ਠੇਕੇ ਤੋਂ ਜਾ ਕੇ ਸ਼ਰਾਬ ਵੀ ਨਹੀਂ ਲੈ ਸਕਦਾ ਤੇ ਨਾ ਹੀ ਠੇਕੇ ਵਾਲਾ ਉਹਨੂੰ ਸ਼ਰਾਬ ਦੇ ਸਕਦਾ 25 ਸਾਲ ਤੋਂ ਥੱਲੇ ਤੇ ਠੇਕੇ ਵਾਲਾ 25 ਸਾਲ ਤੋਂ ਥੱਲੇ ਬੰਦਾ ਰੱਖ ਵੀ ਨਹੀਂ ਸਕਦਾ ਆਪਣੇ ਉੱਥੇ ਜੌਬ ਵਾਸਤੇ ਓਕੇ ਇਹ ਰੱਖ ਵੀ ਨਹੀਂ ਸਕਦਾ ਮਤਲਬ ਠੇਕੇ ਵਾਲੇ ਨੂੰ ਕਿਵੇਂ ਪਤਾ ਲੱਗੇ ਕਿ ਕੋਈ ਸ਼ਰਾਬ ਲੈ ਜਾਂਦਾ ਕਿ 25 ਸਾਲ ਦਾ ਦੇਖ ਕੇ ਆਪਾਂ ਨੂੰ ਕਿਉਂ ਨਹੀਂ ਆਪਾਂ ਨੂੰ ਜੱਜਮੈਂਟ ਪਾਉਣੀ ਸੀ ਦੇਖ ਕੇ ਜੱਜਮੈਂਟ ਦੇ ਹੁੰਦੀ ਕਿ ਹਾਂ ਵੀ ਕਿਹੜਾ ਬੰਦਾ ਜਾ ਰਿਹਾ ਕੋਈ ਬੱਚੇ ਜਾ ਰਹੇ ਆ ਵੀ ਕੋਈ ਕੌਣ ਜਾ ਰਿਹਾ ਉਹ ਚੀਜ਼ਾਂ ਦੇਖ ਕੇ ਪਤਾ ਨਹੀਂ ਲੱਗ ਰਿਹਾ ਇਹ ਸਿਰਫ ਆਪਣੇ ਬਿਜ਼ਨਸ ਆਪਣੇ ਵਧਾਉਣ ਵਾਸਤੇ ਲੋਕਾਂ ਨੂੰ ਉੱਥੇ ਜੋ ਪੀ ਪੀ ਆਰ ਦਾ ਮਾਹੌਲ ਆ ਕਿ ਉੱਥੇ ਗੱਡੀਆਂ ਦੇ ਵਿੱਚ ਨਾਲ ਉਹਨਾਂ ਨੂੰ ਚਿਕਨ ਕਾਰਨਰ ਜਿਹੜੇ ਲੱਗੇ ਹੋਏ ਆ ਉਹ ਵੀ ਉਹਨਾਂ ਨੂੰ ਸ਼ਰਾਬਾਂ ਉੱਥੇ ਦਿੰਦੇ ਆ ਠੀਕ ਹੈ ਨਾ ਉਹੀ ਸਾਰਾ ਸਿਸਟਮ ਉੱਥੇ ਆਪਣਾ ਕਰਦੇ ਆ ਚਿਕਨ ਕਾਰਨਰ ਵਾਲੇ ਦੇ ਜ਼ਿੰਮੇਦਾਰ ਨੇ ਬਿਲਕੁਲ ਸਰ ਉਹੀ ਤਾਂ ਸਰ ਜ਼ਿੰਮੇਦਾਰ ਹੈ ਠੀਕ ਹੈ ਠੀਕ ਹੈ ਨਾ ਉੱਥੇ ਲੋਕੀ ਨਾਲ ਚਿਕਨ ਲੈਂਦੇ ਆ ਨਾਲ ਉੱਥੇ ਗੱਡੀਆਂ ਦੇ ਵਿੱਚ ਬਹਿ ਕੇ ਪੈਗ ਲਾਉਂਦੇ ਆ ਠੀਕ ਹੈ ਸੋ ਇਹ ਚੀਜ਼ਾਂ ਬਿਲਕੁਲ ਗਲਤ ਆ ਉੱਥੇ ਜਿਹੜੇ ਚੰਗੇ ਪਰਿਵਾਰ ਜਿਹੜੇ ਜਾਂਦੇ ਸੀਗੇ ਉਹ ਤਾਂ ਅੱਜ ਕੱਲ੍ਹ ਉੱਥੇ ਕੋਈ ਵੀ ਨਹੀਂ ਉੱਥੇ ਜਾ ਕੇ ਰਾਜੀ ਠੀਕ ਹੈ ਕਿਹੜਾ ਬੰਦਾ ਲਾਓ ਕਰੂਗਾ ਕਿ ਹਾਂ ਵੀ ਸਾਡੇ ਘਰ ਦੀਆਂ ਫੈਮਲੀਆਂ ਨਾਲ ਜਾਣ ਤੇ ਉੱਥੇ ਲੋਕੀ ਇਦਾਂ ਦੀ ਗੱਲ ਕੀ ਦੇਖਿਆ ਤੁਸੀਂ ਗੱਡੀ 'ਚ ਕੀ ਦੇਖਿਆ ਕਦੀ ਸ਼ਰਿਆਮ ਸ਼ਰਾਬਾਂ ਪੀ ਰਹੇ ਸੀਗੇ ਉੱਥੇ ਬੰਦੇ ਨਾਲ ਦੀ ਨਾਲ ਮੈਂ ਚਲੋ ਇਸ ਚੀਜ਼ 'ਚ ਪ੍ਰਸ਼ਾਸਨ ਦਾ ਵੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੌਕੇ ਤੇ ਨਾਲ ਜਾ ਕੇ ਬੰਦੇ ਫੜੇ ਉੱਥੇ ਠੀਕ ਹੈ ਉਸ ਤੋਂ ਬਾਅਦ ਬੰਦੇ ਦੇ ਤੇ ਕਾਰਵਾਈਆਂ ਉਹਨਾਂ ਤੇ ਹੋਈਆਂ ਪਰਚਾ ਉਹਨਾਂ ਦਾ ਤੇ ਐਕਸਾਈਜ਼ ਐਕਟ ਦਾ ਉਹਨਾਂ ਉੱਪਰ ਪਰਚਾ ਉਹਨਾਂ ਦੇ ਤੇ ਘੱਟ ਹੋਇਆ ਠੀਕ ਹੈ ਨਾ ਸੋ ਇਸ ਚੀਜ਼ ਨੂੰ ਅੱਗੇ ਵੀ ਅਸੀਂ ਕਵਾਂਗੇ ਹੱਲੇ ਤਾਂ ਉਧਰ ਹੋਇਆ ਆ ਹੋਰ ਵੀ ਸਾਨੂੰ ਜਿੱਦਾਂ ਜਿੱਦਾਂ ਪਤਾ ਲੱਗੂਗਾ ਸ਼ਹਿਰ ਦੇ ਵਿੱਚ ਇਦਾਂ ਦੇ ਗਲਤ ਕੰਮ ਹੋ ਰਹੇ ਆ ਉਸ ਨੂੰ ਨੱਥ ਪਾਉਣ ਵਾਸਤੇ ਅਭੀ ਬਖਸ਼ੀ ਹਮੇਸ਼ਾ ਅੱਗੇ ਹੋਊਗਾ ਜੀ